ਮੇਰੀ ਬੱਚੀ ਜਿਹੜੀ ਹੈ ਤੇ ਬਹੁਤ ਬਿਮਾਰ ਹੈ, ਅਸਤੇ ਦੁਆ ਵਾਲਾਂ ਦਾ ਮਸਲਾ ਹੈ। ਔਰ ਡਾਕਟਰ ਨੇ ਕਹਾ ਇਸਕਾ ਕਮ ਅਸ ਕਮ ਕੱਲ ਸੇ ਅੱਜ ਇਸਕਾ ਆਪਰੇਸ਼ਨ ਕਰਾਓ ਤਾਂ ਕਿ ਇਹ ਬਚ ਜਾਏ। ਭਾਈ ਪਹਿਲੀ ਇਹ ਜੀ ਮੇਰੀ ਬੇਟੀ ਇਹ ਜੀ ਹੁੰਦੀ ਨੇ ਪਹਿਲੀ, ਇਹ ਮੇਰੀ ਧੀ ਦੀ ਮੰਗਣੀ ਦੀ ਤਸਵੀਰ ਨੇ ਭਾਈ ਇਹ ਵਾਲੀ। ਔਰ ਮੈਂ ਵੀ ਜ਼ਿੰਦਾ ਰਹਿਣਾ ਚਾਹਤੀ ਹੂੰ। ਮੇਰੇ ਧੀ ਦੇ ਬਾਰੇ ਵੀ ਤੁਸਾਂ ਨੇ ਇਤਨਾ ਸੋਚਿਆ ਅਤੇ ਜਿਹਨਾਂ ਲੋਕਾਂ ਮੇਰੇ ਨਾਲ ਮਦਦ ਕੀਤੀ ਇਹ ਤੁਸਾਂ ਦੇ ਥਰੂ ਅਸਾਂ ਨਾਲ ਸਾਰੀ ਮਦਦ ਹੋਈ। ਸ਼ਾਇਦ ਮਿਹਨਤ ਕੀਤੀ ਅਸਾਂ ਨਾਲ, ਇਤਨਾ ਤੁਸਾਂ ਸਖਤੀ ਕੀਤੀ ਹੈ ਅਤੇ ਅੱਲਾਹ ਤਾਲਾ ਤੁਸਾਂ ਵਾ ਕਮਯਾਬ ਕਰੇ, ਅੱਲਾਹ ਖੁਸ਼ ਰੱਖੋਨੇ, ਅੱਲਾਹ ਤਾਲਾ ਸਾਰਿਆਂ ਦੁਆ ਲਾਵੇ ਕਿ ਮੇਰੀ ਧੀ ਨੇ ਜ਼ਿਆਦਾ ਬਸ ਇਸਨੇ ਪ੍ਰੇਸ਼ਨਾਂ ਅਸਾਂ ਦੇ ਸੀਰੀਅਸ ਹੋਈ ਦੀ ਅਤੇ ਮੇਰੀ ਦੁਆ ਹੀ ਹੈ ਰੇ ਮੇਰੀ ਧੀ ਦੇ ਜਾਇਆ ਅਤੇ ਅੱਲਾਹ ਤਾਲਾ ਖੁਸ਼ ਰੱਖੇ ਤੁਸਾਂ ਵਾ ਅਤੇ ਇਸ ਦਾ ਜ਼ਿਆਦਾ ਇਲਾਜ ਵਾਸਤੇ ਤੁਸਾਂ ਵਾ ਇਤਨਾ ਜਾਇਆ ਤੇ ਤੁਸਾਂ ਵੀ ਸਖਤੀ ਕੀਤੀ ਹੈ ਤੇ ਮੈਂ ਹਰ ਵੇਲੇ ਮੈਂ ਪਰੇਸ਼ਾਨ ਰਹਿੰਦੀ ਹਾਂ। ਅੱਲਾਹ ਤਾਲਾ ਮੈਂ ਨਹੀਂ ਸੁਆ ਖੁਸ਼ ਰੱਖੇ, ਮੇਰੀ ਧੀ ਸੀਰੀਅਸ ਹੋਈ ਦੀ ਅਤੇ ਮੈਂ ਸਾਰਿਆਂ ਵਾਸਤੇ ਦੁਆ ਕਰਨੀ ਹਾਂ ਜਿਸ ਮੇਰੀ ਧੀ ਨਾਲ ਮਦਦ ਕੀਤੀ ਤਾਂ ਅੱਲਾਹ ਤਾਲਾ ਤੁਸਾਂ ਨੂੰ ਖੁਸ਼ ਰੱਖੇ, ਅੱਲਾਹ ਇੱਜ਼ਤ ਦੇਵੇ ਰੇ ਅਤੇ ਖੁਦਾ ਪਾਕ ਮੇਰੀ ਧੀ ਦਾ ਪਰੇਸ਼ਾਨ ਕਮਯਾਬ ਕਰੋ ਅਤੇ ਅੱਲਾਹ ਤਾਲਾ ਇਸਦੀ ਇਸਾਂ ਸਿਹਤ ਦੇਵੇ ਕੁਲਾਂ ਸਮੇਤ, ਅੱਲਾਹ ਤੁਸਾਂ ਵੀ ਜ਼ਿੰਦਗੀ ਦੇਵੇ ਸਿਹਤ ਦੇਵੇ ਨੇ ਖੁਦਾ ਅਤੇ ਦੇਣੇ ਵਾਲੇ ਜਿਹਨਾਂ ਮਦਦ ਕੀਤੀ ਹੈ ਅਤੇ ਮੈਂ ਉਹਨਾਂ ਵਾਸਤੇ ਹਰ ਵਕਤ ਦੁਆ ਕਰਨੀ ਹਾਂ। ਅੱਲਾਹ ਤਾਲਾ ਉਹਨਾਂ ਨੂੰ ਅੱਜ ਉਮਰੇ ਕਰਾਵੇ, ਅੱਲਾਹ ਤਾਲਾ ਤੁਸਾਂ ਵੀ ਖੁਸ਼ ਰੱਖੋਣ ਅਤੇ ਅਸਾਂ ਵਾਸਤੇ ਫਰਿਸ਼ਤਾ ਬਣ ਕੇ ਤੁਸੀਂ ਆਏ ਅਤੇ ਅੱਲਾਹ ਤਾਲਾ ਮੇਰੀ ਧੀ ਸਮੇਤ ਅੱਲਾਹ ਤਾਲਾ ਸਾਰਿਆਂ ਸਿਹਤ ਦੇਵੇ ਖੁਦਾ ਤਾਲਾ ਅਤੇ ਅੱਲਾਹ ਖੁਸ਼ ਰੱਖੇ ਨੇ ਖੁਦਾ ਪਾਕ। ਮੈਂ ਇਤਨਾ ਅਰਸਾ ਵੀ ਧੀ ਵਾਸਤੇ ਰੋਂਦੀ ਹਾਂ ਅਤੇ ਮੇਰਾ ਰੋਣਾ ਅੱਲਾਹ ਤਾਲਾ ਸੁਣ ਕੇ ਦੇ ਅਤੇ ਤੁਸੀਂ ਅਸਾਂ ਵਾਸਤੇ ਫਰਿਸ਼ਤਾ ਬਣ ਕੇ ਆਏ ਹੋ ਅਤੇ ਮੈਂ ਹਰ ਵਕਤ ਇਹੀ ਦੁਆ ਕਰਨੀ ਹਾਂ ਅੱਲਾਹ ਤਾਲਾ ਤੁਸਾਂ ਵਾ ਖੁਸ਼ ਰੱਖੋਣ, ਅੱਲਾਹ ਦੇਣੇ ਵਾਲਿਆਂ ਦੀ ਜ਼ਿੰਦਗੀ ਕਰੇ, ਅੱਲਾਹ ਮੇਰੇ ਨਾਲ ਮਦਦ ਕੀਤੀ ਨੇ ਤਾਂ ਅੱਲਾਹ ਤਾਲਾ ਤੁਸਾਂ ਵਾ ਦੁਨੀਆ ਕਹਿਮੋ ਤੁਸਾਂ ਲੋਕਾਂ ਦੀ ਅੱਛੀ ਕਰੇ ਖੁਦਾ ਪਾਕ, ਅੱਲਾਹ ਤੁਸਾਂ ਵਾ ਖੁਸ਼ ਰੱਖੋ। ਡਾਕਟਰ ਇਤਨਾ ਪੈਸਾ ਮੰਗੇ ਦਾ ਮੈਂ ਕਿੱਥੋਂ, ਮੈਂ ਔਲਾਦੀ ਕੋਲੋਂ ਚੰਗੀ ਕੋਈ ਚੀਜ਼ ਨਹੀਂ, ਪਰ ਮੈਂ ਰਾਤੀ ਉੱਠ ਕੇ ਬਹਿ ਕੇ ਰੋਂਦੀ ਹੋਈ ਹਾਂ। ਮੈਂ ਆਖਦੀ ਹਾਂ ਮੈਂ ਕੀ ਕਰਾਂ, ਅੱਲਾਹ ਮ ਅੱਲਾਹ ਤੂੰ ਕੋਈ ਵਸੀਲਾ ਬਣਾ ਤੋ ਦੇਣੇ ਵਾਲਿਆਂ ਨਾਲ ਭਲਾ ਹੋਵੇ ਜਿਹਨਾਂ ਮੇਰਾ ਵਸੀਲਾ ਜਾਇਆ ਅਤੇ ਅੱਲਾਹ ਤਾਲਾ ਲੱਗੇ ਦੇ ਨਾ ਇਹ ਬੰਦੇ ਲੱਗੇ ਜਿਹੜੇ ਦੇਣੇ ਮਾਂ, ਮੈਂ ਉਹਨਾਂ ਵਾਸਤੇ ਦੁਆ ਕਰਦੀ ਹਾਂ ਹਰ ਵਕਤ ਦੁਆ ਕਰਸਾਂ। ਅੱਲਾਹ ਮੇਰੀ ਧੀ ਦਾ ਆਪਰੇਸ਼ਨ ਕਮਯਾਬ ਕਰੋ ਅਤੇ ਡਾਕਟਰ ਬਹੁਤ ਬੜਾ ਖਰਚਾ ਮੰਗੇ ਦਾ ਹੈ, ਅੱਜ ਤੋਂ 6 ਸਾਲ ਪਹਿਲਾਂ ਤੋਂ ਮੈਂ ਇਸ ਹਸਪਤਾਲਾਂ ਦੌੜਦੀ ਹਾਂ। ਅਸਲਾਮ ਅਲੈਕੁਮ, ਆਪ ਲੋਕਾਂ ਨੇ ਹਮਾਰੀ ਬਹੁਤ ਮਦਦ ਕੀ ਹੈ, ਹਮ ਅੱਜ ਹਸਪਤਾਲ ਆਏ ਹੈ, ਡਾਕਟਰ ਨੇ ਹਮਕੋ ਸਭ ਕੁਛ ਮਤਲਬ ਇਲਾਜ ਕਾ ਪਰਚਾ ਦੀਆ ਹੈ ਔਰ ਕੁਛ ਦਿਨੋਂ ਬਾਅਦ ਇਸਕਾ ਆਪਰੇਸ਼ਨ ਵੀ ਹੋ ਜਾਏਗਾ। ਆਪ ਲੋਕਾਂ ਨੇ ਬਹੁਤ ਹਮਾਰੇ ਸਾਥ ਬਹੁਤ ਬਹੁਤ ਮਦਦ ਕੀ ਹੈ ਅਤੇ ਮੈਂ ਆਪਕੇ ਲੀਏ ਦੁਆ ਕਰਤਾ ਹੂੰ, ਅੱਲਾਹ ਤਾਲਾ ਆਪਕੋ ਜ਼ਿੰਦਗੀ ਦੇ ਔਰ ਆਪਕੋ ਤਰੱਕੀ ਦੇ, ਹਮ ਲੋਕਾਂ ਕੀ ਗਰੀਬੋਂ ਕੀ ਦੁਆ ਹੈ ਆਪਕੇ ਸਾਥ। ਮੈਂ ਤਾਂ ਕਮ ਤੋਂ ਕਮ 2.5 ਲੱਖ ਰੁਪਏ ਦਾ ਆਧਾਰ ਚੜ੍ਹੇ ਦਾ, ਉਹ ਲੋਕ ਮਹਾਤਮਾ ਤੰਗ ਕਰਦੇ ਕਿ ਮੈਂ ਰਾਤੀ ਦੀ ਰੋਟੀ ਵੀ ਨਾ ਖਾ ਸਕਦਾ, ਬਹੁਤ ਮਤਲਬ ਹੈ ਕਿ ਮਜਬੂਰ ਹੋ ਜਾਂ।